ਕਿਸੇ ਨੂੰ ਯਾਦ ਕੋਈ ਨਹੀਂ ਪਿਆ ਹਜ਼ੂਰ ਕਿਹੜੀਆਂ ਦੁਆਵਾਂ ਮੰਗਦੇ। ਉਹ ਇਹੋ ਜਿਹੀਆਂ ਦੁਆਵਾਂ ਜਿਹੜਾ ਸੀ ਅਸ਼ਸ਼ ਕਰ ਉੱਠਦਾ, ਲੇਕਿਨ ਇਹ ਕਹਿੰਦੇ ਨਹੀਂ VCR ਸੇ ਵਕਤ ਅੱਛੀ ਤਰ੍ਹਾਂ ਗੁਜ਼ਰ ਜਾਤਾ ਹੈ। ਸਾਡੇ ਮੁਫਤੀ ਸਾਹਿਬ ਨੂੰ ਵੀ ਉਤਾਰ ਦਿੱਤਾ ਸੀ ਉਹਨਾਂ ਨੇ ਉੱਥੇ ਗੁਜਰਾਂ ਵਾਲੇ VCR, ਮੁਫਤੀ ਅਬਦੁਲ ਕਯੂਮ ਅਜ਼ਾਫੀ, ਅਲਾਮਾ ਸ਼ਰਫ ਕਾਦਰੀ, ਇਹ ਵੀ ਜਾ ਰਹੇ ਤੇ ਜਨਾਬ ਬਸ ਤੇ ਉਹਨੇ VCR ਲਾ ਦਿੱਤਾ। ਸਾਡੇ ਮੁਫਤੀ ਸਾਹਿਬ ਤੇ ਪ੍ਰਵੇਸ਼ ਮੁਸ਼ਰਫ ਨੂੰ ਨਹੀਂ ਸਰ ਚੜ੍ਹਦੇ। ਉਹ ਕਹਿਣ ਲੱਗੇ ਉਹ ਬਦਤਮੀਜ਼ ਆ, ਉਹਨੂੰ ਗਾਲਾਂ ਕੱਢ ਦਿੱਤੀਆਂ ਡਰਾਈਵਰ ਨੂੰ ਚਾਰ ਪੰਜ, ਉਹਨੇ ਬੰਦ ਕਰ VCR ਸੂਰੁੱਲਾ ਦੇ ਇਹ ਸਕਰੀ ਆ। ਤੇ ਉਹ ਮੌਲਾਨਾ ਸਾਹਿਬ ਜਦ ਚੜ੍ਹੇ ਨਾ ਮੀਆਂ ਉੱਥੋਂ ਚਕਵਾਲ ਤੋਂ, ਤੇ ਉਹਨਾਂ VCR ਬੰਦ ਕਰਾਇਆ। ਇੱਕ ਨੌਜਵਾਨ ਬੋਲਿਆ, ਕਹਿਣ ਲੱਗਾ ਇਹ ਮੌਲਵੀ ਹੁੰਦੇ ਹੀ ਬੜੇ ਫਸਾਦੀ ਤੇ ਮੌਲਾਨਾ ਵੀ ਬੜੇ ਤੇਜ਼ ਹੈ। ਉਹਨਾਂ ਕਹਿਣ ਲੱਗੇ ਸਭ ਤੋਂ ਵੱਡਾ ਫਸਾਦੀ ਉਹ ਸੀ ਜਿਹਨੇ ਤੇਰੇ ਪਿਓ ਦਾ ਨਿਕਾਹ ਪੜਾਇਆ, ਸਭ ਤੋਂ ਵੱਡਾ ਫਸਾਦੀ ਮੌਲਵੀ ਉਸ ਜਿਹਨੇ ਤੇਰੇ ਪਿਓ ਦਾ ਨਿਕਾਹ ਪੜਾਇਆ। ਤੂੰ ਨਾ ਪੜਾਉਂਦਾ ਤੇ ਚੰਗਾ ਨਹੀਂ ਸੀ ਮੈਂ, ਤੇ ਮੈਂ ਮੌਲਵੀਆਂ ਦੇ ਕੰਨ 'ਚ ਅਜ਼ਾਨ ਵੀ ਦੇਣੀ, ਤੇ ਹੁਣ ਪੁਲਿਸ ਆਉਂਦੀ ਸਕਰੀਨਿੰਗ ਤੁਸੀਂ ਕਿਵੇਂ ਕਰੋਗੇ? ਅਜ਼ਾਨਾਂ ਤੇ ਅਸੀਂ ਪੜਨੀਆਂ ਉਹਨਾਂ ਦੇ ਕੰਨ 'ਚ, ਹਾਂ ਤੁਹਾਡੇ ਸਾਹਮਣੇ ਉਹ ਕਹਿ ਦੇਣਗੇ ਬਈ ਅਸਾਂ ਕੁਝ ਨਹੀਂ, ਲੇਕਿਨ ਅਜ਼ਾਨ ਦਾ ਤਾਂ ਅਸਰ ਹੋਣਾ ਹੀ ਹੁੰਦਾ। ਅਜ਼ਾਨ ਚੰਗੇ ਲੋਕਾਂ ਕੋ ਪੜਵਾਉਣੀ ਚਾਹੀਦੀ ਨਾ, ਜਿਹੜਾ ਗੁੱਟੀ ਵੀ ਚੰਗੇ ਲੋਕਾਂ ਕੋ ਦਿਵਾਉਣੀ ਚਾਹੀਦੀ। ਸਾਹਿਬਾਂ ਦੇ ਪੁੱਤਰ ਪੈਦਾ ਹੁੰਦੇ ਤੇ ਹਜ਼ੂਰ ਦੀ ਬਰਗਾਹ